यसू फड़ लैंदा उहनां दी बाह ते अज बाहां ढाडियां यसू मसीह ने फड़ लिया ने हुण नहीं डुबदे तुसीं हालेलुया हालेलुया जे तुसीं चाहुंदे हो भी परमेश्वर साडे नाल रहे खुदावंद दी प्रेजेंस परमेश्वर दी हजूरी साडे नाल रहे तां उहदे लई एक काम है जिहड़ा बड़ा जरूरी है करना जे चाहवां हर वेले परमेश्वर साडे नाल रहे परमेश्वर अपने कलाम दे नाल रहिंदा है अपने कलाम तो कदी परमेश्वर वख नहीं है जे कलाम ढाडे अंदर आ परमेश्वर का वचन ढाडे अंदर आ खुदा दे कलाम नूं तुसीं अपने अंदर जमा करदे हो तां परमेश्वर ढाडे नाल रहेगा खुदा दा वचन जे पढ़ते हो तो परमेश्वर ढाडे नाल नजर आवेगा चेलियां दे नाल यीशु मसीह नजर आया सी जदों प्रभु जी इस दुनिया तो चले गए उस तो बाद चेलियां ने पैगाम फैलाया है प्रचार किया है तो लोगों नूं चेलियां दे अंदर मसीह नजर आया भाई साहब ने दस्सिया तुसी मसीह दीआं चिट्ठियां हो पैलूस कहिंदा तुसी की हो मसीह दीआं चिट्ठियां ਇਹ ਚਰਚ ਵਿੱਚ ਸਿਰਫ ਤੁਸੀਂ ਸਿੱਖਦੇ ਹੋ ਅਸਲੀ ਚਰਚ ਤੁਹਾਡਾ ਬਾਹਰ ਸ਼ੁਰੂ ਹੋਣਾ ਹੈ ਜਦੋਂ ਗੇਟ ਤੋਂ ਨਿਕਲਦੇ ਹੋ 6 ਦਿਨ ਤੁਹਾਡਾ ਕੰਮ ਹੈ ਫਿਰ 6 ਦਿਨ ਤੁਹਾਡਾ ਚਰਚ ਲੱਗਦਾ ਹੈ ਬਾਹਰ ਲੋਕਾਂ ਨੇ ਬਾਈਬਲ ਨਹੀਂ ਤੁਹਾਨੂੰ ਪੜ੍ਹਨਾ ਹੈ ਤੁਸੀਂ ਜੀਂਦੀਆਂ ਚਿੱਠੀਆਂ ਵਾਂ ਜੀਂਦੀਆਂ ਜਾਗਦੀਆਂ ਤੇ ਇਹਨਾਂ ਚਿੱਠੀਆਂ ਦੇ ਉੱਤੇ ਕੁਝ ਲਿਖਿਆ ਹੋਣਾ ਚਾਹੀਦਾ ਹੈ ਇਹਨਾਂ ਚਿੱਠੀਆਂ ਦੇ ਉੱਤੇ ਪਰਮੇਸ਼ਵਰ ਦਾ ਵਚਨ ਹੋਣਾ ਚਾਹੀਦਾ ਹੈ ਖਾਲੀ ਕਾਗਜ਼ ਨੂੰ ਕੋਈ ਨਹੀਂ ਪੁੱਛਦਾ ਉਹਦੇ ਉੱਤੇ ਬਹੁਤ ਕੁਝ ਲਿਖ ਦਿੰਦੇ ਨੇ ਗਲਤ ਲਿਖ ਦਿੰਦੇ ਨੇ ਕਈ ਕਾਗਜ਼ ਨੂੰ ਮੁੱਠੀ 'ਚ ਸਕਰੈਚ ਕਰਕੇ ਸੁੱਟ ਦਿੰਦੇ ਨੇ ਪਰ ਜਿਹਦੇ ਉੱਤੇ ਕੁਝ ਲਿਖਿਆ ਹੋਵੇ ਖਾਸ ਉਹਨੂੰ ਪੜਿਆ ਜਾਂਦਾ ਏ ਵਿਆਹਾਂ ਦੀਆਂ ਚਿੱਠੀਆਂ ਦਾ ਪਤਾ ਵਿਆਹ ਵਾਲੀ ਚਿੱਠੀ ਦਾ ਜਿਹਨੂੰ ਕੀ ਕਹਿੰਦੇ ਨੇ ਸਾਹਾ ਚਿੱਠੀ ਜੀ ਕੀ ਕਰਦੇ ਨੇ ਉਹ ਸਾਰਿਆਂ ਵਿੱਚ ਪੜ੍ਹਦੇ ਨੇ ਤੁਸੀਂ ਮਸੀਹ ਦੀ ਕੀ ਹੋ ਚਿੱਠੀ ਜਿੱਥੇ ਖੜੇ ਹੋ ਜਾਓ ਲੋਕ ਤੁਹਾਨੂੰ ਪੜ੍ਹਨ ਵਾਕਈ ਮਸੀਹ ਦਾ ਬੰਦਾ ਏ ਸਾਡੇ ਉੱਤੇ ਖੁਦਾ ਦਾ ਕਲਾਮ ਲਿਖਿਆ ਨਜ਼ਰ ਆਏ ਬਾਈਬਲ ਲੋਕਾਂ ਨੇ ਬਾਅਦ ਵਿੱਚ ਪੜ੍ਹਨੀ ਹੈ ਪਹਿਲਾਂ ਕਿਹਨੂੰ ਪੜ੍ਹਨਾ ਹੈ ਜਦੋਂ ਤੁਸੀਂ ਕਿਸੇ ਨਾਲ ਹੈਲੋ ਹੈ ਕਰਦੇ ਹੋ ਕਿਸੇ ਨਾਲ ਬੋਲ ਚਾਲ ਕਰਦੇ ਹੋ ਤੁਹਾਡੇ ਅੰਦਰੋਂ ਜਦੋਂ ਖੁਦਾ ਦਾ ਕਲਾਮ ਨਿਕਲਣਾ ਹੈ ਉਹਨਾਂ ਨੂੰ ਪਤਾ ਲੱਗਣਾ ਹੈ ਇਹ ਯਿਸੂ ਮਸੀਹ ਦੀ ਚਿੱਠੀ ਸਾਡੇ ਕੋਲ ਖੜੀ ਹੈ ਹਾਲੇਲੂਇਆ ਆਪਣੇ ਆਪ ਨੂੰ ਵਚਨ ਦੇ ਨਾਲ ਭਰੀਏ ਜਿੱਥੇ ਵਚਨ ਆ ਉੱਥੇ ਯਿਸੂ ਆ ਜਿੱਥੇ ਵਚਨ ਆ ਉੱਥੇ ਪਰਮੇਸ਼ਵਰ ਆ ਪਰਮੇਸ਼ਵਰ ਕਦੀ ਵਚਨ ਤੋਂ ਬਾਹਰ ਨਹੀਂ ਹੋਇਆ ਤੇ ਪਰਮੇਸ਼ਵਰ ਚਾਹੁੰਦਾ ਆਦਮ ਵੀ ਕਦੀ ਵਚਨ ਤੋਂ ਬਾਹਰ ਨਾ ਹੋਵੇ ਜਦੋਂ ਗੋਸਪਲ ਜੋਨ ਪੜ੍ਹਦੇ ਆ ਉਹਦਾ ਪਹਿਲਾ ਭਾਗ ਉਹਦੀ ਪਹਿਲੀ ਹੈ ਯੋਹਨਾ ਦੀ ਅੰਜੀਲ ਪਹਿਲਾ ਭਾਗ ਉਹਦੀ ਪਹਿਲੀ ਹੈ ਪੜ੍ਹੀਏ ਆਦ ਵਿੱਚ ਸ਼ਬਦ ਸੀ ਬੜੇ ਧਿਆਨ ਨਾਲ ਸੁਣੀਏ ਆਦ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਸ਼ਬਦ ਪਰਮੇਸ਼ਵਰ ਦੇ ਨਾਲ ਰਹਿੰਦਾ ਸੀ ਅਤੇ ਸ਼ਬਦ ਪਰਮੇਸ਼ਵਰ ਸੀ ਸ਼ਬਦ ਵੀ ਪਰਮੇਸ਼ਵਰ ਸੀ ਹਾਲੇਲੂਇਆ ਹਾਲੇਲੂਇਆ ਜਿਹੜਾ ਤੁਹਾਡੇ ਕੋਲ ਕਲਾਮ ਆ ਇਹ ਕਲਾਮ ਜਿਹੜਾ ਤੁਸੀਂ ਅੱਜ ਬਾਈਬਲ ਦੇ ਵਿੱਚ ਵੇਖਦੇ ਹੋ ਪੜ੍ਹਦੇ ਹੋ ਇਹ ਕੋਈ ਮਾੜੀ ਮੋਟੀ ਕਿਤਾਬ ਨਹੀਂ ਆ ਇਹ ਉਹ ਵਚਨ ਆ ਇਹ ਉਹ ਸ਼ਬਦ ਨੇ ਜਿਹੜੇ ਪਰਮੇਸ਼ਵਰ ਦੇ ਨਾਲ ਰਹਿੰਦੇ ਸੀ ਜਿਹੜੇ ਖੁਦਾ ਦੇ ਕੋਲ ਰਹਿੰਦੇ ਸੀ ਜਿਹੜੇ ਪਰਮੇਸ਼ਵਰ ਦੇ ਨਜ਼ਦੀਕ ਰਹਿੰਦੇ ਸੀ ਇਹ ਉਹ ਸ਼ਬਦ ਨੇ ਇਹ ਉਹ ਵਚਨ ਆ ਜਦੋਂ ਤੁਸੀਂ ਪੈਦਾ ਵੀ ਨਹੀਂ ਹੋਏ ਧਰਤੀ ਦੀ ਰਚਨਾ ਵੀ ਨਹੀਂ ਹੋਈ ਧਰਤੀ ਬਣੀ ਵੀ ਨਹੀਂ ਇਹ ਕਲਾਮ ਪਰਮੇਸ਼ਵਰ ਦੇ ਨਾਲ ਰਹਿੰਦਾ ਸੀ ਤਾਂ ਜੋ ਕਲਾਮ ਪਰਮੇਸ਼ਵਰ ਨੂੰ ਛੱਡ ਕੇ ਤੁਹਾਡੇ ਨਾਲ ਰਹਿਣ ਵਾਸਤੇ ਆਇਆ ਹੈ ਹਾਲੇਲੂਇਆ ਬੋਲੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਅੱਜ ਵਚਨ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ ਅੱਜ ਜੇ ਤੁਸੀਂ ਚਾਹੁੰਦੇ ਹੋ ਵੀ ਪਰਮੇਸ਼ਵਰ ਸਾਡੇ ਨਾਲ ਰਵੇ ਤਾਂ ਵਚਨ ਨੂੰ ਆਪਣੇ ਨਾਲ ਰੱਖੋ ਮੈਂ ਬਾਈਬਲ ਦੀ ਗੱਲ ਨਹੀਂ ਕਰ ਰਿਹਾ ਵੀ ਹਰ ਵੇਲੇ ਬਾਈਬਲ ਨਾਲ ਚੱਕੀ ਇਹ ਕਲਾਮ ਇਹ ਵਚਨ ਜਿਸ ਤਰ੍ਹਾਂ ਦਾਊਦ ਕਹਿੰਦਾ 119 ਜ਼ਬੂਰ ਦੇ ਵਿੱਚ ਉਹਦੀ 11 ਆਇਤ ਵਿੱਚ ਤੇਰੇ ਕਲਾਮ ਨੂੰ ਤੇਰੇ ਵਚਨ ਨੂੰ
मैं अपनी बाइबल नू अपने दिल विच जमा कर लिया है, दिल दी तख्ती उते लिख लिया है, हृदय विच जमा कर लिया है, तां परमेश्वर दे नाल रहिंदा सी। अज असी बाइबल नू वचन नू किथे रखिया होया है, दिलां विच तां साडे गंद भरिया होया है, दिलां विच साडे बदकारियां ने। फिर कहने जी प्रभु साढ़े नाल, दो घंटे लिए प्रभु नाल नहीं रहिंदा, भी चर्च में आ गए ज्यादा किदा पा लिया, भी यीशु मसीह नाल आ, नहीं, परमेश्वर उथे आ जिथे वचन आ। हालेलुया, परमेश्वर उस जगह ते आ जिस जगह ते खुदा दा कलाम आ, जिस जगह ते परमेश्वर दा वचन आ उस जगह ते परमेश्वर। ताड़ियां वजनिया ज्यादा, गिद्धा ज्यादा पा लेना परमेश्वर नहीं है नाल, चमत्कार ज्यादा हो जान परमेश्वर नहीं है नाल, वचन वचन वचन। पिछले संडे भी वचन दे उते वचन होया सी, इस एतवार भी परमेश्वर ने यह वचन दिता है भी कलीसिया नूं दस मैं कित्थे आ। जदों तुसीं हुक्म तोड़ दिंदे आ परमेश्वर पुछदा आदम तू कित्थे आ, जो हुक्म टुटता है तो जो हुक्म नहीं टुटता उदो नहीं परमेश्वर पुछता आदम तू कि आ, क्योंकि उदो ता नहीं पुछता, परमेश्वर नूं पता है भी वचन दे विच आदम है तो मैं भी आदम दे नाल आ। हालेलुया, तुहानू परमेश्वर उदो पुछूगा जो तुसीं कलाम चो बाहर हो जाओगे भी भाई तू कि आ। प्रभु जी मैं ठेके ते दारू पी रहा, प्रभु जी मैं फोन ते लव यू करदा पिया, प्रभु जी मैं गंदियां चीजां दे विच आ, प्रभु तुहानू पुछदा है जदों कलाम तो बाहर आ, तो जदों कलाम दे विच आ फिर प्रभु कदी नहीं पुछेगा, क्योंकि प्रभु तुहाडे नाल चलेगा, परमेश्वर नाल चलेगा, हालेलुया जीसस, हालेलुया हालेलुया। अपनी परजा दे नाल रहिंदा है परमेश्वर जदों वचन परजा च रहिंदा है। हालेलुया, हाँ जी पत्रस जी पढ़िए उसे आयत नूं। आदि विच शब्द सी, आदि हिंदी विच भी पढ़ना ते इंग्लिश च भी पढ़ियो नाल। आदि में वचन था, आदि में वचन था, और वचन परमेश्वर के साथ था, वचन परमेश्वर के साथ था, और वचन परमेश्वर था। हालेलुया, हालेलुया। वचन ही कौन है जी? परमेश्वर या वचन ही परमेश्वर या। ये जिहड़ा तुसीं कलाम पढ़ते हो अपने अंदर जमा करते हो, अंदर आना है, दिल विच आना है, दिल दा बूहा खोल दे, यीशु आना चाहुंदा है। हालेलुया, बीबीओ यीशु मसीह नूं सिर ते लै के आना कि दिल विच लै के आना? उची आवाज नाल ओ बोलो भैनो, भाईओ तुसीं दसो यीशु मसीह नूं कित्थे लै के आना है? दिल विच तां गंदगी आ, दिल विच तां व्यभिचार भरिया होया है, दिल विच गुस्सा नाराजगी गिला शिकवा फरेब ने। बैठ जा इस चेयर दे उते, ये तुहाडा हार्ट आ, तुहाडा दिल आ, दिल विच पहले तुसी गंदगी भरी हुई आ, ते परमेश्वर नूं कहो आ जा प्रभु जी आ जा, कित्थे बैठूगे प्रभु जी? तुसी तां पहले दिल नूं भरिया होया है, जे परमेश्वर नूं बिठाउणा है दिल विच, परमेश्वर दे कलाम नूं रखणा है दिल विच, गंदगी कटनी पवेगी दिल विचों, फिर प्रभु जी बैठणगे, फिर परमेश्वर जी आउणगे, फिर कलाम अंदर जमा होवेगा। पहले अंदरों सफाई करिए, दिल दी सफाई करिए, बाहरों जिन्ने मर्जी साफ आ, जिन्ने मर्जी सोना कुर्ता पजामा चिट्टा पा लवा, हाथ में बाइबल फड़ लवा, अंदर की है डाडे, मनुख खाण पीना भ्रिष्ट नहीं हुंदा, जो कुछ ओहदे अंदरों निकलदा है ओहनू की करदा है, इह यीशु मसीह दी स्टेटमेंट आ। खाण पीन नाल तुसीं नहीं भ्रिष्ट होना, खाण पीन दा मतलब इह नहीं वी अज शराब पी लो जाके तंबाकू बीड़ियां, इह चीज़ां नहीं प्रभु कह रहा, इह मना ही आ, मैं गल कर रहा होर चीज़ां दी, मीट आंडे दी, इहदे नाल भ्रिष्ट नहीं होना। भ्रिष्ट हुंदे आ असीं जिहड़ी अंदरों बुरियाई निकलदी आ, इहनू कढ़णा है पहलां, फिर परमेश्वर ने तुहाडे दिल विच आउणा है। हालेलुया, खुदा दा कलाम जो तुहाडे मन विच दिल विच रहेगा तां परमेश्वर 24 आवर्स तुहाडे नाल नजर आवेगा, नजर आवेगा। शब्द किहदे नाल रहिंदा सी?
शब्द एडी पत्रस जी पढ़ दीजिए 14 आयत नो अते शब्द देहधारी होया शब्द ने शरीर धारिया अते कृपा अते सच्चाई नाल भरपूर होके साडे विच वास कीता साडे विच वास कीता अते असा उसदा तेज पिता दे इकलौते दे तेज वर्गा डिठा हालेलुया हालेलुया शब्द शब्द जड़े बोले जांदे ने एक समा इदा दा आया उस शब्द ने की धार ली दे धार ली जेदा नाम की रखिया गया वाज उची की नाम रखिया गया प्रभु यीशु मसीह शब्द ने दे धारी इस धरती उत्ते उस शरीर दे विच शब्द नू आना पिया जेड़ी गंदगी साडे ब्लड दे विच सी जेड़ी गंदगी साडियां सोचां विच भरी होई सी ओ शब्द नू दे धार के शरीर दे विच आना पिया भी साडे ब्लड दे विचों गंदगी नू खत्म कीता जावे साडे ब्लड दे विचों उस पाप नू उस गुनाह नू खत्म कीता जावे जिहड़ा आदम दे बाग दे विच गुनाह साडे अंदर एंटर हो चुका है हालेलुया 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 शब्द शरीर दे विच आ गया ते अज भी शब्द कादे विच आउंदा है उस समय यीशु मसीह शब्द शरीर विच आया है अज भी शब्द कादे विच आउंदा है शरीर दे विच आउंदा है हालेलुया की तुसी नहीं जानदे भी तुसी परमेश्वर दा पवन हो तुसी परमेश्वर दा पवन पहला करंथिया 3:16 विच लिखिया है की तुसी नहीं जानदे भी तुसी परमेश्वर दा की हो पवन हो तो परमेश्वर किथे रहना चाहुंदा है पवन कौन आ असी ते इस पवन दी की होनी चाहीदी आ हुण चिट्ठी पहले कागज से कुछ लिखा हो तुसी उदे उपर कुछ लिख सकते हो एक पेपर है उस पेपर से पहले ही बहुत कुछ लिखा होया है तुसी उदे उपर कुछ लिख सकते हो उदे उते लिखन नू पहले वाले नू की करना पवेगा बोलो साफ करना पवेगा परमेश्वर ने जदों इन्हां नू चुनिया है साफ किया है अज खुदा ने इन्हां नू अपने कलाम नाल लिख के भर दिता है हालेलुया हालेलुया ये चिट्ठी बन गए ने ये परमेश्वर दे कलाम दी चिट्ठी बन गए ने जिथे जांदे ने पढ़दे ने लोक इन्हां नू तुसी इदां दीआं चिट्ठियां बन जाओ टाडे घर दे टाडे परिवार टाडे पिंड दे टाडे मल्ले दे टाडे शहर दे लोक हैरान हो जाण यार पहला ते बड़ा गंदा बंदा सी पहला बड़ा बुरा बोलदा सी इहनू हो की गया ये चेंज किदा हो गया उहनां नू पता लग जावे अज इहदे उत्ते कलाम लिखिया गया है इहदे उत्ते परमेश्वर दा वचन लिखिया गया है इहदे अंदर खुदा दा कलाम आ गया है जीसस हालेलुया 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 कलाम जो तो टाडे अंदर लिखिया जांदा है यीशु मसीह अंदर आ जांदा है हालेलुया जिद्दां तुसी अपने घरां विच वचन लिख के लाउने हो दीवारां दे उत्ते वचन लिख के लाउने हो भी घर विच टाडे वचन कईआं दे तस्वीरां हुंदीआं ने प्रभु दे वचन दीआं जिद्दां तुसी अपनी घर दी कंध उत्ते वचन लिखिआ है दिल दी कंध उत्ते वचन लिखो दिल दी कंध उत्ते वचन लिखो टाडे दिल दे विच ਉਸ ਸਮੇਂ ਪਰਮੇਸ਼ਰ ਨੇ ਮੂਸਾ ਨੂੰ ਸਪੈਸ਼ਲ ਪੱਥਰ ਦੇ ਉੱਤੇ ਲੱਕੜੀ ਦੇ ਉੱਤੇ ਉਂਗਲੀ ਦੇ ਨਾਲ ਵਚਨ ਲਿਖ ਕੇ ਦਿੱਤਾ ਸੀ ਅੱਜ ਯਿਸੂ ਮਸੀਹ ਤੁਹਾਡੇ ਦਿਲ ਦੇ ਉੱਤੇ ਵਚਨ ਲਿਖਦਾ ਹੈ ਆਪਣੇ ਲਹੂ ਦੇ ਨਾਲ ਆਪਣੇ ਪਵਿੱਤਰ ਲਹੂ ਨਾਲ ਤੁਹਾਡੇ ਹਿਰਦੇ ਦੇ ਉੱਤੇ ਤੁਹਾਡੇ ਸਰੀਰ ਦੇ ਉੱਤੇ ਤੁਹਾਡੇ ਦਰੀਲ ਦੇ ਅੰਦਰ ਤੁਹਾਡੀ ਆਤਮਾ ਦੇ ਵਿੱਚ ਪਵਿੱਤਰ ਲਹੂ ਦੇ ਨਾਲ ਵਚਨ ਲਿਖਦਾ ਹੈ ਹਾਲੇਲੂਯਾ ਹਾਲੇਲੂਯਾ ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ ਹਾਲੇਲੂਯਾ परमेश्वर ताडे अंदर रहना चाहुंदा है तो जिस मसीह उत्थे आ जिथे वचन आ पढ़िया है तुसी आदि विच शब्द सी शब्द परमेश्वर दे संग सी ते शब्द ही परमेश्वर शब्द देहधारी हो गया बाइबल दे विच जदों तुसी बुक ऑफ जेनेसिस पढ़ते हैं उहदे विच लिखिया है हरेक चीज शब्द नाल बनी आ कलाम दे नाल बनी आ कदे नाल बनी कलाम ये कलाम जिहड़ा शब्द है उर्दू का शब्द है उर्दू विच कलाम कहा जाता है भी मेरे नाल बहुता कलाम ना कर कलाम नाल बनी है चीज धरती पंछी जानवर हरेक चीज सारिया चीज़ें खुदा ने कलाम नाल
ਬਣਾਈਆਂ ਨੇ। ਪਰਮੇਸ਼ਰ ਜੀ ਬੋਲਦੇ ਸੀ ਸਭ ਕੁਝ ਇੱਕੋ ਹੀ ਚੀਜ਼ ਆ ਜਿਹੜੀ ਪਰਮੇਸ਼ਰ ਨੇ ਕਲਾਮ ਨਾਲ ਨਹੀਂ ਬਣਾਈ। ਉਹ ਕਿਹੜੀ ਚੀਜ਼ ਆ ਬੋਲੀਏ? ਉਸ ਚੀਜ਼ ਨੂੰ ਪਰਮੇਸ਼ਰ ਨੇ ਹੱਥ ਨਾਲ ਬਣਾਇਆ ਹੈ। ਆਦਮ ਨੂੰ ਪਰਮੇਸ਼ਰ ਨੇ ਹੱਥ ਨਾਲ ਕ੍ਰੀਏਟ ਕੀਤਾ ਹੈ, ਹੱਥ ਨਾਲ ਬਣਾਇਆ ਹੈ। ਔਰ ਪਰਮੇਸ਼ਵਰ ਨੇ ਉਹਦੇ ਵਿੱਚ ਆਪਣਾ ਕੀ ਫੂਕ ਦਿੱਤਾ ਹੈ? ਸਾਹ ਫੂਕਿਆ ਹੈ, ਆਤਮਾ ਦਿੱਤਾ ਹੈ। ਕਿਉਂਕਿ ਪਹਿਲਾਂ ਪਰਮੇਸ਼ਵਰ ਪਾਣੀਆਂ ਦੇ ਵਿੱਚ ਰਹਿੰਦਾ ਸੀ, ਆਤਮਾ ਪਾਣੀਆਂ ਤੇ ਮੰਡਲਾਉਂਦਾ ਸੀ। ਪਰਮੇਸ਼ਵਰ ਕਹਿੰਦਾ ਨਹੀਂ, ਹਰੇਕ ਚੀਜ਼ ਤਾਂ ਮੈਂ ਕਲਾਮ ਨਾਲ ਬਣਾਤੀ, ਪਰ ਕਲਾਮ ਵੀ ਕਿਤੇ ਰਹਿਣਾ ਚਾਹੀਦਾ ਹੈ। ਪਰਮੇਸ਼ਵਰ ਨੇ ਆਦਮ ਬਣਾਇਆ ਜਿਹਦੇ ਵਿੱਚ ਪਰਮੇਸ਼ਵਰ ਰਹਿਣਾ ਚਾਹੁੰਦਾ ਹੈ, ਉਹ ਕਲਾਮ ਬੰਦੇ ਦੇ ਵਿੱਚ ਰੱਖਣਾ ਚਾਹੁੰਦਾ ਹੈ। ਹਾਲੇਲੂਯਾ, 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 ਹਾਲੇਲੂਯਾ। ਹੱਥ ਨਾਲ ਪਰਮੇਸ਼ਵਰ ਨੇ ਇਸ ਲਈ ਬਣਾਇਆ ਵੀ ਇਹਦੇ ਅੰਦਰ ਮੈਂ ਕੀ ਰੱਖਾਂਗਾ? ਆਪਣਾ ਕਲਾਮ ਸ਼ਬਦ ਰੱਖਾਂਗਾ ਇਹਦੇ ਅੰਦਰ। ਤੁਹਾਨੂੰ ਪਤਾ ਕਲਾਮ 'ਚ ਲਿਖਿਆ ਹੈ ਮਿੱਟੀ ਦੇ ਭਾਂਡਿਆਂ ਵਿੱਚ ਕੀ ਰੱਖਿਆ ਪਰਮੇਸ਼ਵਰ ਨੇ? ਖਜ਼ਾਨਾ ਕਿਹੜਾ? ਅਨਮੋਲ ਜਾਂ ਸਿੰਪਲ ਜਿਹੀ ਕੀਮਤੀ ਖਜ਼ਾਨਾ ਹੈ ਇਹ ਮਿੱਟੀ ਦੇ ਭਾਂਡੇ ਨੇ। ਆਦਮ ਨੂੰ ਹੱਥਾਂ ਨਾਲ ਬਣਾਇਆ ਹੈ ਵੀ ਕਲਾਮ ਦੇ ਵਿੱਚ ਰਹੇ ਅਤੇ ਕਲਾਮ ਆਦਮ ਦੇ ਵਿੱਚ ਰਹੇ। ਹਾਲੇਲੂਯਾ। ਅੱਜ ਪਰਮੇਸ਼ਵਰ ਦੇ ਜਿਹੜੇ ਹੁਕਮ ਨੇ ਉਹ ਇਹੀ ਨੇ ਵੀ ਕਲਾਮ ਦੇ ਵਿੱਚ ਬੰਦਾ ਰਹੇ, ਤੂੰ ਆਹ ਨਾ ਕਰ, ਤੂੰ ਗੁਨਾਹ ਨਾ ਕਰ। 10 ਕਮਾਂਡਸ ਤੁਸੀਂ ਪੜ੍ਹਦੇ ਹੋ, 10 ਹੁਕਮ ਪੜ੍ਹਦੇ ਹੋ ਵੀ ਤੂੰ ਜੁਨਾਹ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਖੂਨ ਨਾ ਕਰ, ਤੂੰ ਗੁਆਂਢੀ ਉੱਤੇ ਝੂਠੀ ਗਵਾਹੀ ਨਾ ਦੇ। ਕਿੰਨੇ ਅੱਛੇ ਨੇ ਉਹ। ਪਰਮੇਸ਼ਵਰ ਰੋਕਦਾ ਹੈ ਵੀ ਯਾਰ ਨਹੀਂ। ਪਰਮੇਸ਼ਵਰ ਪੁਰਾਣੇ ਨੇਮ 'ਚ ਲਿਖਿਆ ਵੀ ਤੂੰ ਵਿਭਿਚਾਰ ਨਾ ਕਰ, ਅਤੇ ਯਿਸੂ ਮਸੀਹ ਨਵੇਂ ਨੇਮ ਵਿੱਚ ਕਹਿੰਦੇ ਜੇ ਤੂੰ ਦੇਖ ਹੀ ਲਿਆ ਤਾਂ ਆਪਣੇ ਮਨ ਵਿੱਚ ਕੀ ਕਰ ਲਏ। ਦੇਖਣ ਨਾਲ ਹੀ ਮਨ ਵਿੱਚ ਵਿਭਿਚਾਰ ਹੋ ਗਿਆ ਹੈ, ਸੋਚ ਕੇ ਬੁਰਾ ਵੀ ਕਾਸ਼ ਕਿਤੇ ਮੇਰੀ ਵਾਈਫ ਹੋਵੇ, ਕਾਸ਼ ਕਿਤੇ ਮੇਰੀ ਸਹੇਲੀ ਹੋਵੇ, ਸੋਚਿਆ ਮਨ ਵਿੱਚ ਉਹਦੇ ਔਰਤ ਬਾਰੇ ਬੁਰਾ। ਤਾਂ ਪ੍ਰਭੂ ਕਹਿੰਦਾ ਤੂੰ ਹੱਥ ਵੀ ਨਹੀਂ ਲਾਇਆ ਤਾਂ ਕੀ ਕਰ ਲਿਆ? ਗੁਨਾਹ ਕਰ ਲਿਆ, ਪਾਪ ਕਰ ਲਿਆ। ਤੇ ਜੇ ਇਹ ਸੋਚਣ ਨਾਲ ਪਾਪ ਹੋ ਸਕਦੇ ਨੇ ਤਾਂ ਪਰਮੇਸ਼ਵਰ ਕਿਉਂ ਇਹਨਾਂ ਚੀਜ਼ਾਂ ਨੂੰ ਕਹਿੰਦਾ ਸੀ ਰੋਕਦਾ ਸੀ ਵੀ ਇਹ ਟੈਂਪਲ ਪਰਮੇਸ਼ਵਰ ਦਾ ਵਾ, ਇਹਦੇ ਉੱਤੇ ਤੁਹਾਡਾ ਅਧਿਕਾਰ ਨਹੀਂ ਆ। ਵੀ ਤੁਸੀਂ ਸੋਚਦੇ ਹੋ ਸ਼ਾਇਦ ਮੇਰੇ 'ਚ ਵਿਲ ਪਾਵਰ ਜ਼ਿਆਦਾ, ਮੈਂ ਬੜਾ ਸਟਰੋਂਗ ਆ। ਤੁਸੀਂ ਕੁਝ ਵੀ ਨਹੀਂ ਆ, ਪ੍ਰਭੂ ਪਿੱਛੋਂ ਸੁੱਚ ਬੰਦ ਕਰੇ ਤਾਂ ਤੁਹਾਡੀ ਕੀ ਨਿਕਲ ਜਾਣੀ ਆ, ਸਾਹ ਨਿਕਲ ਜਾਣੇ ਆ। ਇਹ ਪਰਮੇਸ਼ਵਰ ਨੇ ਬਣਾਇਆ ਵੀ ਆਪਣਾ ਕਲਾਮ ਇਹਦੇ ਵਿੱਚ ਰੱਖ ਸਕੇ, ਆਪਣਾ ਆਤਮਾ ਇਹਦੇ ਵਿੱਚ ਰੱਖ ਸਕੇ। ਹਾਲੇਲੂਯਾ। ਔਰ ਇਸ ਲਈ ਥੋੜ੍ਹਾ ਬਣਾਇਆ ਵੀ ਇਹਦੇ ਅੰਦਰ ਅਸੀਂ ਗਾਲਾਂ ਰੱਖੀਏ, ਵੀ ਇਹਦੇ ਅੰਦਰ ਅਸੀਂ ਬੁਰੀਆਂ ਗੱਲਾਂ ਰੱਖੀਏ, ਹਰਾਮਕਾਰੀ, ਲੁੱਚਪੁਣਾ, ਗੰਦ ਮੰਦ, ਇਹ ਸਾਰਾ ਕੁਝ ਇਹਦੇ ਅੰਦਰ ਰੱਖੀਏ। ਇਸ ਲਈ ਥੋੜ੍ਹਾ ਪ੍ਰਭੂ ਨੇ ਆਦਮ ਨੂੰ ਬਣਾਇਆ ਸੀ, ਆਦਮ ਨੂੰ ਇਸ ਲਈ ਬਣਾਇਆ ਸੀ ਵੀ ਮੈਂ ਆਪਣਾ ਕਲਾਮ ਇਹਦੇ ਅੰਦਰ ਰੱਖਾਂ, ਆਦਮ ਮੇਰੇ ਕਲਾਮ ਵਿੱਚ ਰਹੇ ਅਤੇ ਮੈਂ ਆਦਮ ਦੇ ਵਿੱਚ ਰਹਾਂ ਅਤੇ ਆਦਮ ਮੇਰੀ ਮਹਿਮਾ ਕਰੇ। ਹਾਲੇਲੂਯਾ, ਹਾਲੇਲੂਯਾ। ਪਰਮੇਸ਼ਵਰ ਦੀਆਂ ਚਿੱਠੀਆਂ ਬਣੀਏ ਅਤੇ ਚਿੱਠੀ ਕਲਾਮ ਨਾਲ, ਪਰਮੇਸ਼ਵਰ ਦੇ ਵਚਨ ਨਾਲ ਖੱਤ ਬਣਨਾ ਹੈ ਅਤੇ ਆਪਣੇ ਅੰਦਰ ਆਪਣੇ ਦਿਲ ਦੀਆਂ ਤਖਤੀਆਂ ਉੱਤੇ ਕਲਾਮ ਲਿਖ ਕੇ ਲਿਖ ਕੇ ਰੱਖੀਏ ਵੀ ਇਹ ਕਲਾਮ ਨੂੰ ਸ਼ੈਤਾਨ ਚੁਰਾ। ਮੱਤੀ ਦੀ ਅੰਜੀਲ ਤੁਸੀਂ ਪੜ੍ਹਦੇ ਹੋ, 13 ਭਾਗ ਵਿੱਚ ਲਿਖਿਆ ਹੈ ਵੀ ਸ਼ੈਤਾਨ ਆਉਂਦਾ ਹੈ ਵਚਨ ਨੂੰ ਚੁਰਾ ਕੇ। ਅਤੇ ਕਿੱਥੋਂ ਚੁਰਾਉਂਦਾ ਹੈ ਉਹ? ਬੋਲੀਏ, ਤੁਹਾਡੀ ਬਾਈਬਲ ਚੱਕ ਕੇ ਲੈ ਜਾਣੀ ਉਹਨੇ ਵੀ ਆਇਆ ਸ਼ੈਤਾਨ ਤੁਹਾਡੀ ਬਾਈਬਲ ਚੱਕ ਕੇ ਦੌੜ ਗਿਆ? ਨਹੀਂ, ਵਚਨ ਚੁਰਾਉਣਾ ਕਿੱਥੋਂ ਉਹਨੇ? ਅੰਦਰੋਂ ਚੁਰਾਉਣਾ ਹੈ। ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲਿਆ ਵਚਨ ਨੂੰ, ਆਪਣੇ ਖਜ਼ਾਨੇ ਨੂੰ ਸਹੀ ਤਰੀਕੇ ਨਾਲ ਨਹੀਂ ਰੱਖੋਗੇ, ਚੋਰੀ ਹੋਣੀ ਆ। ਯੂਹੰਨਾ ਦੀ ਅੰਜੀਲ 10:10 ਵਿੱਚ ਲਿਖਿਆ ਸ਼ੈਤਾਨ ਆਉਂਦਾ ਚੋਰੀ ਕਰਨ ਲਈ, ਘਾਤ ਕਰਨ ਲਈ, ਮਾਰਨ ਲਈ, ਤੇ ਯਿਸੂ ਮਸੀਹ ਆਇਆ ਅਨੰਤ ਜੀਵਨ। ਹਾਲੇਲੂਯਾ। ਕਲਾਮ ਦੇ ਵਿੱਚ ਜੀਵਨ ਆ, ਕਲਾਮ ਦੇ ਵਿੱਚ ਕੀ ਆ? ਯਿਸੂ ਮਸੀਹ ਕਹਿੰਦੇ ਨੇ ਯੂਹੰਨਾ ਦੀ ਅੰਜੀਲ 14 ਪਾਗ ਉਹਦੀ ਸ਼ਹਿਦ, ਰਾਹ ਸੱਚਾਈ ਅਤੇ ਜੀਵਨ ਮੈਂ ਆ। ਹਾਲੇਲੂਯਾ। ਤੇ ਯਿਸੂ ਮਸੀਹ ਕਲਾਮ ਆ। ਪੜ੍ਹਿਆ ਤੁਸੀਂ ਸ਼ਬਦ ਕੀ ਹੋ ਗਿਆ ਜੀ? ਦੇਹਧਾਰੀ ਹੋ ਗਿਆ। ਇਹ ਵਚਨ ਜੇ ਤੁਹਾਡੇ ਅੰਦਰ ਹੈ ਨਾ ਤਾਂ ਪਰਮੇਸ਼ਵਰ ਤੁਹਾਡੇ ਨਾਲ ਆ। ਫਿਰ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਪ੍ਰਭੂ ਜੀ ਮੇਰੇ ਨਾਲ ਚੱਲੋ, ਪ੍ਰਭੂ ਜੀ ਮੇਰੇ ਨਾਲ ਸੌਂ ਜਾਓ, ਪ੍ਰਭੂ ਜੀ ਮੇਰੇ ਨਾਲ ਬੋਲੀਏ, ਪ੍ਰਭੂ ਜੀ ਮੇਰੇ ਨਾਲ ਇੱਧਰ ਨੂੰ ਆਈਏ। ਉਹ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਫਿਰ ਜੇ ਕਲਾਮ ਤੁਹਾਡੇ ਨਾਲ ਆ, ਜੇ ਵਚਨ ਤੁਹਾਡੇ ਅੰਦਰ ਆ ਨਾ, ਫਿਰ ਤੁਹਾਨੂੰ ਵਾਰ ਵਾਰ ਕਹਿਣ ਦੀ ਲੋੜ ਨਹੀਂ। ਫਿਰ ਪ੍ਰਭੂ ਹਰ ਵੇਲੇ ਕੀ ਆ ਤੁਹਾਡੇ? ਯਿਸੂ ਮਸੀਹ ਨੇ ਤਾਂ ਪ੍ਰੋਮਿਸ ਕੀਤਾ ਹੈ ਮੱਤੀ 28 ਦੇ ਵਿੱਚ, ਮੈਂ ਯੁੱਗਾਂ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ। ਦੋ ਵੇਲੇ ਐਤਵਾਰ ਨੂੰ ਪ੍ਰਭੂ ਜੀ ਕਹਿੰਦੇ ਮੈਂ ਕਲੀਸੀਆ ਦੇ ਨਾਲ ਆ, ਇੱਦਾਂ ਕਹਿੰਦੇ ਨੇ ਪ੍ਰਭੂ ਜੀ।
ਐਤਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ 3 ਘੰਟੇ ਮੈਂ ਤੁਹਾਡੇ ਨਾਲ ਆ। ਕੀ ਕਹਿੰਦੇ ਪ੍ਰਭੂ ਜੀ? ਪ੍ਰਭੂ ਜੀ ਦਾ ਹਰ ਵੇਲੇ ਨਾਲ ਰਹਿਣਾ ਚਾਹੁੰਦੇ ਨੇ, ਪਰ ਅੱਜ ਬੰਦਾ ਹੀ ਪਰਮੇਸ਼ਵਰ ਦੇ ਨਾਲ ਰਹਿਣਾ। ਬੋਲੋ, ਅੱਜ ਬੰਦਾ ਹੀ ਪਰਮੇਸ਼ਵਰ ਦੇ ਨਾਲ ਰਹਿਣਾ ਨਹੀਂ ਚਾਹੁੰਦਾ। ਬੰਦਾ ਦੁਨੀਆਂ ਨਾਲ ਰਹਿਣਾ ਚਾਹੁੰਦਾ, ਮੈਂ ਕਹਿੰਦਾ ਵੀ ਦੁਨੀਆਂ ਨਾਲ ਬੰਦਾ ਰਹਿਣਾ ਚਾਹੁੰਦਾ। ਯਾਕੂਬ ਦੀ ਪੱਤਰੀ 4 ਭਾਗ ਉਹਦੀ 4 ਐਤ ਪੜ੍ਹੀਏ। ਹੈ ਵੀ ਵਿਚਾਰਨੋ, ਕੀ ਤੁਹਾਨੂੰ ਮਾਲੂਮ ਨਹੀਂ, ਕੀ ਤੁਹਾਨੂੰ ਪਤਾ ਨਹੀਂ, ਭਾਈ ਸੰਸਾਰ ਦਾ ਮਿੱਤਰ ਚਾਰਾ, ਸੰਸਾਰ ਦਾ ਮਿੱਤਰ ਚਾਰਾ ਪਰਮੇਸ਼ਵਰ ਦਾ ਵੈਰ ਹੈ। ਪਰਮੇਸ਼ਵਰ ਦਾ ਕੀ ਆ ਜੀ? ਵੈਰ ਆ। ਹਾਲੇਲੂਇਆ ਹਾਲੇਲੂਇਆ। ਜੇ ਤੁਸੀਂ ਪਰਮੇਸ਼ਵਰ ਨੂੰ ਛੱਡ ਕੇ ਖੁਦਾ ਦੇ ਵਚਨ ਨੂੰ ਛੱਡ ਕੇ ਦੁਨੀਆਂ ਨਾਲ ਰਹਿੰਦੇ ਹੋ, ਦੁਨੀਆਂ ਨਾਲ ਮਤਲਬ ਮੇਰਾ ਕਹਿਣ ਦਾ ਭਾਵ ਸਮਝੋ, ਇਹ ਰਹਿਣਾ ਦੁਨੀਆਂ ਦੇ ਵਿੱਚ ਹੀ ਹੁਣ ਰਹਿੰਦੀ ਹੈ ਨਾ, ਦੁਨੀਆਂ 'ਚ। ਦੁਨੀਆਂ ਦਾ ਮਤਲਬ ਦੁਨੀਆਂ ਵਾਲੇ ਕੰਮ ਨਹੀਂ ਕਰਨੇ, ਇਹ ਦੁਨੀਆਂ ਵਾਲੇ ਕੰਮ। ਜਦੋਂ ਤੁਸੀਂ ਦੁਨੀਆਂ ਵਾਲੇ ਸੰਸਾਰ ਵਾਲੇ ਕੰਮ ਕਰਦੇ ਹੋ, ਤੁਹਾਡੀ ਸੰਸਾਰ ਨਾਲ ਕੀ ਹੋ ਜਾਂਦੀ ਆ? ਸੰਸਾਰ ਨਾਲ ਦੋਸਤੀ, ਦੁਨੀਆਂ ਨਾਲ ਕੀ ਹੋ ਜਾਂਦੀ ਆ? ਦੋਸਤੀ। ਅਤੇ ਉਸ ਸਮੇਂ ਫਿਰ ਪਰਮੇਸ਼ਵਰ ਨਾਲ ਕੀ ਪੈ ਜਾਂਦੀ ਆ? ਵੈਰ। ਵੈਰ ਦਾ ਮਤਲਬ ਕੀ ਹੁੰਦਾ? ਦੁਸ਼ਮਣੀ। ਪਰਮੇਸ਼ਵਰ ਦੇ ਨਾਲ ਕੀ ਪੈ ਜਾਂਦੀ? ਦੁਸ਼ਮਣੀ। ਦੁਸ਼ਮਣੀ। ਹਾਲੇਲੂਇਆ ਹਾਲੇਲੂਇਆ। ਜਦੋਂ ਤੁਸੀਂ ਕਲਾਮ ਤੋਂ ਬਾਹਰ ਹੋ ਜਾਂਦੇ ਹੋ ਮੇਰੇ ਭੈਣੋ ਤੇ ਭਰਾਵੋ, ਪਰਮੇਸ਼ਵਰ ਕਹਿੰਦਾ ਜੇ ਤੁਸੀਂ ਦੁਨੀਆਂ ਨਾਲ ਯਾਰੀ ਲਾ ਲਈ ਆ ਤਾਂ ਪਰਮੇਸ਼ਵਰ ਦੇ ਵੈਰੀ ਬਣ ਜਾਂਦੇ ਹੋ, ਅਤੇ ਪਰਮੇਸ਼ਵਰ ਸਾਡਾ ਵੈਰੀ ਨਹੀਂ ਬਣਨਾ ਚਾਹੁੰਦਾ। ਪਰਮੇਸ਼ਵਰ ਤਾਂ ਸਾਡਾ ਪ੍ਰੇਮੀ ਆ, ਪਰਮੇਸ਼ਵਰ ਸਾਨੂੰ ਪ੍ਰੇਮ ਕਰਦਾ ਹੈ, ਪਰਮੇਸ਼ਵਰ ਨੇ ਸਾਨੂੰ ਆਪਣੇ ਧੀਆਂ ਪੁੱਤਰ ਬਣਾਇਆ ਹੈ, ਉਹ ਤਾਂ ਸਾਡਾ ਪਿਤਾ ਹੈ, ਉਹ ਤਾਂ ਸਾਨੂੰ ਆਪਣੇ ਨਾਲ ਸਿੰਘਾਸਨ 'ਤੇ ਬਿਠਾਉਣਾ ਚਾਹੁੰਦਾ ਹੈ, ਪਰਮੇਸ਼ਵਰ ਤਾਂ ਆਪਣੇ ਨਾਲ ਸਵਰਗ ਵਿੱਚ ਸੈਰ ਕਰਾਉਣਾ ਚਾਹੁੰਦਾ ਹੈ। ਇਸ ਲਈ ਕਲਾਮ ਵਿੱਚ ਬਣੇ ਰਹੀਏ, ਦੁਨੀਆਂ ਤੋਂ ਅਸੀਂ ਕੁਝ ਨਹੀਂ ਲੈਣਾ, ਅਸੀਂ ਖੁਦਾ ਤੋਂ ਲੈਣਾ ਹੈ, ਜਿਹਦੇ ਨਾਲ ਰਹਿਣਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਦੁਨੀਆਦਾਰੀ ਨੇ ਕੀ ਦੇਣਾ ਹੈ ਸਾਨੂੰ? ਪੈਸਾ, ਘਰ, ਰੋਟੀ ਪਾਣੀ। ਸ਼ੇਰ ਦੇ ਬੱਚਿਆਂ ਨੂੰ, ਜਬੂਰ 34 ਕਹਿੰਦਾ ਸ਼ੇਰ ਦੇ ਬੱਚਿਆਂ ਨੂੰ ਘਾਟਾ ਪੈਂਦਾ ਹੈ, ਰੱਬ ਦੇ ਮੰਨਣ ਵਾਲਿਆਂ ਨੂੰ ਕਿਸੇ ਚੀਜ਼ ਦੀ। ਰੱਬ ਦੇ ਮੰਨਣ ਵਾਲੇ ਦਾ ਭਾਵ ਇਹ ਆ, ਕਲਾਮ ਦੇ ਉੱਤੇ ਚੱਲਣ ਵਾਲੇ, ਕਲਾਮ ਨੂੰ ਪੜ੍ਹਨ ਵਾਲੇ, ਕਲਾਮ ਦੇ ਵਿੱਚ ਰਹਿਣ ਵਾਲੇ। ਕਦੀ ਵੀ ਥੋੜ ਨਹੀਂ ਰਹਿਣ ਦੇਵੇਗਾ ਪਰਮੇਸ਼ਵਰ। ਹਾਲੇਲੂਇਆ 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 ਹਾਲੇਲੂਇਆ। ਜਾਗੀਏ, ਕਲਾਮ ਤੋਂ ਵੱਖਰੇ ਨਾ ਰਹੀਏ, ਕਲਾਮ ਤੋਂ ਵੱਖ ਹੋ ਕੇ ਅਸੀਂ ਕੁਝ ਵੀ ਕਰ। ਯੂਹੰਨਾ ਦੀ ਅੰਜੀਲ 15 ਭਾਗ ਵਿੱਚ ਲਿਖਿਆ ਹੈ, ਤੁਸੀਂ ਪਰਮੇਸ਼ਵਰ ਤੋਂ ਵੱਖਰੇ ਹੋ ਕੇ, ਪਰਮੇਸ਼ਵਰ ਤੋਂ ਵੱਖਰੇ, ਯਿਸੂ ਮਸੀਹ ਤੋਂ ਵੱਖਰੇ ਹੁੰਦਾ ਮਤਲਬ ਕੀ ਹੈ? ਕਲਾਮ ਤੋਂ ਅੱਡ ਹੋ ਜਾਣਾ। ਜਦੋਂ ਤੁਸੀਂ ਕਲਾਮ ਪੜ੍ਹਨਾ ਛੱਡ ਦਿੰਦੇ ਹੋ, ਕਲਾਮ ਨੂੰ ਆਪਣੇ ਦਿਲ ਵਿੱਚ ਵਸਾਉਣਾ ਛੱਡ ਦਿੰਦੇ ਹੋ, ਕਲਾਮ ਦੇ ਉੱਤੇ ਚੱਲਣਾ ਛੱਡ ਦਿੰਦੇ ਹੋ, ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਬਹੁਤ ਸਾਰੇ ਲੋਕ ਆ ਬੜੀ ਮਿਹਨਤ ਕਰਦੇ, ਐਫਰਟ ਕਰਦੇ ਆ, ਫਿਰ ਪਰੇਸ਼ਾਨ ਹੁੰਦੇ ਆ, ਸਾਡਾ ਬਿਜ਼ਨਸ ਠੱਪ ਹੋ ਗਿਆ, ਸਾਡੇ ਘਰ ਵਿੱਚ ਆਹ ਹੈ ਨਹੀਂ, ਸਾਨੂੰ ਤਾਂ ਆਹ ਪ੍ਰੋਬਲਮ ਦਾ ਫੇਸ ਕਰਨਾ ਪਿਆ। ਕਿਉਂ? ਕਲਾਮ ਹੈ ਨਹੀਂ। ਕੀ ਹੈ ਨਹੀਂ? ਕਲਾਮ ਹੈ ਨਹੀਂ ਗਾ। ਯਹੋਸ਼ੂਆ ਜਿੱਤ ਕਿਉਂ ਪ੍ਰਾਪਤ ਕਰਦਾ ਸੀ? ਉਹਦੇ ਅੱਗੇ ਅੱਗੇ ਕੀ ਚੱਲਦਾ ਸੀ? ਕਲਾਮ ਐਪ ਦੇ ਸੰਦੂਕ ਵਿੱਚ ਕੀ ਸੀਗਾ? ਵਚਨ ਰੱਖਿਆ ਗਿਆ ਸੀ, ਜਿਹੜਾ ਪਰਮੇਸ਼ਵਰ ਨੇ ਲਿਖਿਆ ਹੋਇਆ ਸੀ। ਜਦੋਂ ਤੁਹਾਡੇ ਮੂਹਰੇ ਮੂਹਰੇ ਵਚਨ ਹੋਵੇਗਾ ਤਾਂ ਪਰਮੇਸ਼ਵਰ ਕਦੀ ਵੀ ਸ਼ਰਮਿੰਦਾ ਨਹੀਂ ਹੋਣ ਦੇਵੇਗਾ। ਹਾਲੇਲੂਇਆ। ਸਵੇਰ ਨੂੰ ਬੈੱਡ ਤੋਂ ਪੈਰ ਪੁੰਜੇ ਰੱਖਣ ਤੋਂ ਪਹਿਲਾਂ ਵਚਨ ਬੋਲੀਏ, ਰਾਤ ਨੂੰ ਸੌਣ ਤੋਂ ਪਹਿਲਾਂ ਵਚਨ ਬੋਲੀਏ, ਕੰਮ ਕਰਨ ਤੋਂ ਪਹਿਲਾਂ ਵਚਨ ਬੋਲੀਏ, ਤਾਂ ਵੇਖੋ ਪਰਮੇਸ਼ਵਰ ਤੁਹਾਡੇ ਚਾਰਾਂ ਦਿਸ਼ਾਵਾਂ ਦੇ ਵਿੱਚ ਬਲੈਸਿੰਗ ਹੀ ਬਲੈਸਿੰਗ ਲੈ ਕੇ ਆਵੇਗਾ, ਪਰਮੇਸ਼ਵਰ ਤੁਹਾਡੇ ਨਾਲ ਨਜ਼ਰ ਆਵੇਗਾ। ਹਾਲੇਲੂਇਆ ਹਾਲੇਲੂਇਆ। ਰੋਮੀਆਂ ਦੇ ਵਿੱਚ ਜਦ ਪਰਮੇਸ਼ਵਰ ਹੀ ਸਾਡੇ ਵੱਲ ਆ ਤਾਂ ਸਾਡੇ ਵਿਰੋਧ ਵਿੱਚ, ਜਦੋਂ ਤੁਸੀਂ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ, ਵਚਨ ਤੁਹਾਡੇ ਨਾਲ ਹੋਵੇਗਾ, ਤੁਹਾਡੇ ਨਾਲ ਕੋਈ ਲੜਾਈ ਕਰ ਸਕੇਗਾ? ਕੋਈ ਸਾਹਮਣਾ ਕਰ ਸਕੇਗਾ? ਫਿਰ ਕਿਉਂ ਭੁੱਲ ਜਾਂਦੇ ਹੋ? ਕਿਉਂ ਰੋਂਦੇ ਹੋ? ਕਾਹਤੋਂ ਘਬਰਾਉਂਦੇ ਹੋ? ਵਚਨ ਨੂੰ ਯਾਦ ਕਰੀਏ ਵੀ ਪਰਮੇਸ਼ਵਰ ਤੂੰ ਮੇਰੇ ਨਾਲ ਪ੍ਰੋਮਿਸ ਕੀਤਾ ਹੈ, ਤੂੰ ਮੈਨੂੰ ਕਦੀ ਅਨਾਥ ਨਹੀਂ ਛੱਡੇਗਾ, ਕਦੀ ਇਕੱਲਾ ਨਹੀਂ ਛੱਡੇਗਾ। ਤੂੰ ਯਸ਼ਾਇਆ 41:10 ਵਿੱਚ ਕਿਹਾ ਹੈ, ਤੂੰ ਨਾ ਡਰ, ਤੂੰ ਨਾ ਘਬਰਾ, ਮੈਂ ਤੇਰੇ ਅੰਗ ਸੰਗ ਆ। ਪ੍ਰਭੂ ਜੀ ਤੂੰ ਮੇਰੇ ਨਾਲ ਪ੍ਰੋਮਿਸ ਕੀਤੇ, ਆਪਣੀ ਚਿੰਤਾ ਮੈਨੂੰ ਦੇ ਦੇ, ਮੈਨੂੰ ਤੇਰਾ ਫਿਕਰ ਆ। ਵੀ ਪ੍ਰਭੂ ਜੀ ਤੁਸੀਂ ਕਿਹਾ ਹੈ ਥੱਕੇ ਹੋਏ ਪਾਰੜ ਤੋਂ ਪਿਓ ਮੇਰੇ ਕੋਲ ਆਓ, ਮੈਂ ਆਰਾਮ ਦੇਵਾਂਗਾ। ਤੇ ਖੁਦਾਵਨ ਜੀ ਅੱਜ ਮੈਨੂੰ ਆਰਾਮ ਦੀ ਜ਼ਰੂਰਤ ਹੈ, ਪ੍ਰਭੂ ਜੀ ਅੱਜ ਮੈਨੂੰ ਰੈਸਟ ਦੀ ਜ਼ਰੂਰਤ ਹੈ, ਖੁਦਾਵਨ ਜੀ ਅੱਜ ਮੈਨੂੰ ਤੇਰੀ ਜ਼ਰੂਰਤ ਹੈ, ਤਾਂ ਪਰਮੇਸ਼ਵਰ ਤੁਹਾਡੇ ਨਾਲ ਨਜ਼ਰ ਆਵੇਗਾ। ਹਾਲੇਲੂਇਆ ਹਾਲੇਲੂਇਆ। ਬੋਲੀਏ, ਕੀ ਕਲਾਮ ਬੋਲਿਆ ਸੀ ਇਹਨਾਂ ਨੇ? ਜਦੋਂ ਰਾਜੇ ਨੇ ਕਿਹਾ ਵੀ ਹੱਲੇ ਵੀ ਮੌਕਾ ਮੱਥਾ ਟੇਕ ਦਿਓ, ਹੈ ਰਾਜਨ ਜਿਹਦੀ ਅਸੀਂ ਉਪਾਸਨਾ ਕਰਦੇ, ਜਿਹਦੀ ਅਸੀਂ ਬੰਦਗੀ ਕਰਦੇ ਆ,
जिस परमेश्वर नूं असीं मानदे आं, जिस खुदा दी असीं बंदगी आराधना वर्शिप करदे आं, ओ सानू बलदी हुई पट्टी च बचाउण दी ताकत रखदा है। हालेलुया। मुसीबत च पैण तो पहले इन्हें की बोलिया है? वचन बोलिया है। सिटे तीन ने दसदे किन्ने ने हुण? नजर किन्ने आ रहे ने? नजर किन्ने आ रहे आ? कलीसिया बोलो, नजर किन्ने आ रहे आ? चौथा कौन है? प्रभु यीशु मसीह। हालेलुया हालेलुया। राजा कहिंदा सिटे किन्ने? कन्फर्म कर रहा है। कहिंदा पा किन्ने सिटे ने? कहिंदे जी तीन। कहिंदा मैनू चार नजर आंदे ने? नाल दा कहिंदा अखां मल के नजर तां मैनू भी चार ही, पर चौथे दा रूप देवता दे पुत्र अर्गा। हालेलुया हालेलुया। जिस जगह ते कलाम बोलिया जांदा है, जिस जगह ते परमेश्वर दा बंदा परमेश्वर दे लोग कलाम बोलदे ने, ओ जगह जिद्दां दी मर्जी होवे परमेश्वर आ जांदा है, खुदा आ जांदा है, यीशु आ जांदा है। हालेलुया। बोलो प्रभु यीशु मसीह के नाम की। अग दे विच कौन आ गया है? यीशु मसीह। अज तुसी कई तरह दी अगां विचों, पाप दी अग विच हो सकदे हो, गुनाह दी अग विच हो सकदे हो, करजे दी अग विच हो सकदे हो, जदों कलाम बोलूंगे परमेश्वर कहिंदा मैं तुहानूं कर्जदार नहीं रहन दवांगा, मैं तुहानूं बीमार नहीं रहन दवांगा। परमेश्वर कहिंदा जिहड़ियां बीमारियां अज तुसी वेखदे हो, अज तों बाद कदी नहीं वेखूंगे, तां जदों कलाम बोलूंगे अज उस अग विचों परमेश्वर तुहानूं बाहर कढ़न आ रिहा है। आमीन। खुदा छुटकारा देण आ रिहा है। आमीन। परमेश्वर तुहानूं छडाउण आ रिहा है। आमीन। जदों कलाम बोलूंगे, बोलिए, बोले ऊंची आवाज में, बोले बोले ऊंची आवाज में, दुआ करें, कलाम को बोले, परमेश्वर के वचन को बोले। धन्यवाद। तारीफ तारीफ तेरी तारीफ हो, तारीफ हो। हालेलुया हालेलुया हालेलुया। थैंक यू जीसस, थैंक यू जीसस, थैंक यू जीसस। लोरा बाबा शाखले रे भे, बोलिए कलाम नु, बोलिए भी परमेश्वर तू मेरे नाल वायदा कीता है भी तुसी देण वाले बनोगे। परमेश्वर जी सचमुच अज मैं लैण वाला चुका खुदा जी, मैं लोगों तो मांगता फिरदा है, पर परमेश्वर जी मेरे कृपा कर, इस कर्जे की लानत चो मैं बाहर कट प्रभु जी। धन्यवाद हो यीशु। प्रभु जी मेरे ते कृपा कर, मेरे मन विच, मेरे शरीर विच ए नशे दी गंदी लत आ, पर ए शरीर तेरा घर आ, ए प्रभु जी मेरा बदन तेरा मंदिर आ, तेरा टेंपल आ, इस बदन दे विच तेरा आत्मा तेरा कलाम आवे, मेरे शरीर नु साफ कर प्रभु जी। बोलिए कलाम, बोलिए कमांड करिए, बोलिए बोलिए परमेश्वर दे वचन नु। हालेलुया धन्यवाद हो, धन्यवाद। खुदा जिंदा परमेश्वर आ, ते मरिया होया वचन नहीं आ, ए जीवत है वचन, ए शब्द जींदे ने, जदों बोलदे ने ओ हो जांदा है। धन्यवाद यीशु, धन्यवाद हो, धन्यवाद हो तेरा, धन्यवाद 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 धन्यवाद। हालेलुया 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 जीसस। Glory Jesus, Adonai Parmeshwar, Hallelujah, Hallelujah, Parmeshwar Yesu Masih, Yehovah, us jagah te pahunch gaya, apne lokan nu bachaun layi, apne vachan bolya, bhi jinnu assi mannde haan, tusi kinnu mannde haan, uchi awaaz naal, kinnu mannde ho? क्या बात है। तो जो मानते यीशु मसीह नू, जिहड़ा जीवत परमेश्वर आ, जिहड़ा अज कल जुगो जुग इको जिहा परमेश्वर, जिहड़ा अल्फा ते ओमेगा आदि ते अंत आ, तो तुहाडा नुकसान होण दवेगा? तुहानू भुखा मरन दवेगा? हालेलुया। दुनिया च अकाल पै सकदे ने, पर खुदा दे लोग कदी भी भुखे। हालेलुया। वचन नू पढ़िए, वचन नू अपने मन विच जमा करिए, जिथे परमेश्वर आ गया ना, समझो सारिया ही लोड़ा पूरिया हो जानिया ने। हालेलुया। एलिया की दुआ सुनी गई, उदे पिछे कारण वचन बोलता है परमेश्वर का। अहाब राजे नू कहिंदा है परमेश्वर यहोवा का वचन आ। अहाब नू की कहिंदा है? फर्स्ट किंग विच चैप्टर 16 दे विच कहिंदा परमेश्वर का हुक्म आ, परमेश्वर का वचन आ। साढ़े तीन साल बारिश। हालेलुया।
फिर खुदा दा नूं वचन आया उठ करीब दे नाले विच चला जा। तो एलिया भुखा मरिया, मरिया भुखा, क्यों नहीं भुखा मरिया? एलिया दे नाल वचन सी, तो जिथे वचन सी उथे परमेश्वर सी। हालेलुया। उस औरत ने वचन नूं सुनिया, विधवा औरत ने, विडो औरत ने अपने बेटे दे नाल वचन नूं सुनिया है, जा मेरे लिए एक रोटी की लैके आ, दमड़ा पका के लैके। उन्हें वचन नूं सुनिया है, सुन के उन्हें प्रैक्टिकल किया है। ता औरत ने भी डेढ़ साल तक की खाता खाना खाता जब तक बारिश नहीं हुई। जो तो तुम वचन नूं अपने अंदर रखोगे, गाई जाता कोई आशकी वाले गीतां विच आ, कोई कोई कई गीत गाई जाता, तुहाडे अंदर की भरिया होया है? जे अंदर तुहाडे कलाम है ना, तुसी तूफाना दे विच भी हाँ, भूचाल दे विच भी हाँ, वड्डे तो वड्डे जिड्डे मर्जी वड्डे भूचाल तूफान आ जाण, जे तुहाडे अंदर कलाम आ तुसी हुक्म करोगे यीशु दे नाम च थम जा, थम जा, थम जाणगे, थम जाणगे, थम जाणगे। हालेलुया। बोलो प्रभु यीशु मसीह के नाम की, हालेलुया। ना पैसा तुहाडे नाल जाणा है, ना प्रॉपर्टी जानी है, ते ना धी पुत जाना है, ताडे नाल की जाना है? वचन जाना है, खुदा दा आत्मा, परमेश्वर दा रूह। परमेश्वर दा शब्द ताडे नाल जाना है। बाइबल च लिखा है उपदेशक पोथी विच 12 दी 13 विच, उपर की होवेगा हिसाब कादा कादा जी, गल्लां दा ते कम्मां दा। फिर मत्ती दी 12 विच लिखा है हरेक गल दा चाहे चंगी होवे ते चाहे की होवेगा उहदा, ते तुसी केड़ियां गल्लां बोलणियां है, ते चंगा की है, चंगा की अज दुनिया ते? परमेश्वर दा कलाम चंगा है, खुदा दा कलाम चंगा है, तो चंगा कुछ भी नहीं है। परमेश्वर दे वचन तो अलावा कुछ भी चंगा नहीं है इस दुनिया ते। उपरी साहब होना है, जो तुसी बोलते हो ते कलाम तो कभी असी बोलिया ही नहीं। सवेर नूं उठते ही माड़ा बोलते हो, मेरी भूआ बहुत माड़ी आ, मेरा मामा बड़ा माड़ा, मेरे चाचे बड़े माड़े आ, मेरी घरवाली बड़ी माड़ी आ, मेरे न्याणे बड़े नकम्मे आ। कलाम तो कभी बोलिया नहीं, प्रभु जी मेरे निकम्मे न्याणे नूं भुक्त दे दे, मेरी वाइफ नूं बदल दे, मेरे मामे नूं चेंज कर दे, मेरी फैमिली नूं चेंज कर दे प्रभु जी। हालेलुया। बोलो प्रभु यीशु मसीह के नाम की। वचन तो कभी बोलिया नहीं बच्चियां वास्ते भी परमेश्वर मेरे बच्चियां नूं भुक्त दे। खुदा दे कलाम च लिखा अपने बच्चियां नूं ताड़ ते सिखा, शिक्षा दे, ठीक राह उन्होंने दिखा भी वड्डे होके भी उस रास्ते तो ना भटकन। ठीक राह कौन है? राह कौन है सच्चा? ते यीशु मसीह बारे की सिखाना है? कलाम है, ए वचन है। वचन सिखाओ अपने बच्चियां नू, कलाम सिखाओ। अज मोबाइल चलाना सिखाने हैं बेटा, इतो यूट्यूब चलना है, इतो फेसबुक चलनी है, बच्चियां नू कलाम सिखाओ। जीवन है, जीवन है, मुक्ति है। हालेलुया। बोलो प्रभु यीशु मसीह के नाम की। हालेलुया, हालेलुया, हालेलुया। ये मोबाइल नष्ट हो जाना है, नष्ट हो जाना है, नष्ट हो जाना है। बाइबल में लिखा है धरती जांदी रहेगी, आकाश जानगे, जानगे परमेश्वर दा नाम, परमेश्वर दा वचन। मां बाप भी मर जाएंगे, उन्हां दी फोटो कंधा उत्ते लग जाएंगियां, पर वचन हमेशा बच्चियां दे नाल, यीशु बच्चियां दे नाल। हालेलुया। इसलिए कलाम सिखाओ अपने बच्चियां नूं, मोबाइल छड के वचन सिखाओ, वचन दी तालीम दवो। अज लोकी नाश हो रहे ने। होशुआ दी किताब 4 भाग उहदे जदों पढ़दे आ, उहदे विच तुसीं पिछले एतवार पढ़िया सी ज्ञान बिना पर जा। ए वचन तो बिना असीं नाश हो जावांगे, तबाह हो जावांगे, बर्बाद हो जावांगे वचन तो बिना। अज वचन दी नीड है, सानू लोड़ है वचन दी।
जे चिट्ठी बनना है ते तुरना फिरना है बाहर लोगों विच लोग कहन भी तुहानू वाकई भी परमेश्वर दा बड़ा ज्यादा तारीफ मारना लोग नहीं पुछदे भी मैं दस वारी डिगा थले भी लोग कहणगे बड़ा अनॉइंटेड है बड़ी ग्रेस है इहदे ते बड़ी अभिषेक है नहीं कलाम वचन परमेश्वर दा जिहदे अंदर आ जांदा है पूरा स्वर्ग उहदे अंदर आ जांदा है हालेलुया समझे नहीं गल नूं एक राजा जिथे बह जांदा है उत्थे ही उहदा की हो जांदा शुरू राज शुरू हो जांदा है तो स्वर्ग का मालिक परमेश्वर यीशु मसीह जो ताडे अंदर आ जाऊगा तो पूरा स्वर्ग ताडे अंदर है शांति आराम दया भलियाई प्रेम नरमाई संजाई वफादारी संजम दयालगी ये सब ताडे अंदर आ जानिया ने जो यीशु मसीह का वचन ताडे अंदर आ गया हालेलुया जबूर दे विच लिखा है परमेश्वर ने अपने कलाम नू अपने नाम नालों ज्यादा अहमियत दिती आ अपने कलाम नू अपने नाम नालों ज्यादा अहमियत दिती आ कलाम नू ते यीशु मसीह ने कहा पिता धरती उत्ते मैं तेरे कलाम नू की कीता है पूरिया कीता है ते असी धरती उत्ते भी की करना है कलाम नू पूरा करना है हालेलुया अपनी ऐश मस्ती प्रस्ती करनी है परमेश्वर दे वचन नू पूरा करना है हालेलुया हालेलुया परमेश्वर किथे रहिंदा है जिथे उहदा की आ वचन किथे रखना है बोलिए वचन नू कलाम मोबाइल विच रखना है भी सिर्फ वचन मेरे बाइबल विच मोबाइल दे विच आ जां ये बाइबल मेरे घर विच पई आ भी एतवार दी एतवार घट्टा झाड़ना है भी जाके पढ़नी है नहीं अपने मन विच जमा करिए चर्च विच सिर्फ तुसीं सिखण आए आ चर्च विच तुसीं सिर्फ सिखण आए आ सिखण असली चर्च तुहाडा कदों शुरू हुंदा है जदों चर्च तों की निकलदे हो जदों बिल्डिंग तों बाहर निकलदे हो इत्थों चर्च विच तुसीं जफ्फियां पाउंदे हो चर्च विच आके एक दूसरे नूं तुसीं जफ्फी पाउंदे हो जैमसी दी प्रेज़ द लॉर्ड ते बाहर निकलदे सारी बंदगी खत्म होण तों बाद एक दूजे नाल नफरत करदे हो किथे आ कलाम अज जे चाहुंदे हो भी परमेश्वर तुहाडे नाल नज़र आवे कलाम नूं अपने अंदर रखो परमेश्वर दे वचन नूं अपने मन विच जमा करिए हालेलुया वचन नूं अपने मन विच की खुदा दे कलाम नूं अपने मन विच जमा करिए जिथे खुदा दा वचन है उत्थे परमेश्वर है तुसीं पढ़िया यूहन्ना 14 उहदी 6 विच राह सच्चाई जीवन यीशु मसीह आ उहदे तों बिना कोई भी स्वर्ग दे विच जा नहीं सकदा तुसीं सुनिया है और देखो खुदा दे कलाम च भी लिखिया जिथे सच्चाई दा जिथे खुदा दा आत्मा उथे आजादी आ ते अज वचन जे ताडे अंदर है ते ताडे अंदर आजादी आ रही है गुनाहां तो छुटकारा पा रहे हो जिथे परमेश्वर दा आत्मा उथे की आ आजादी आ ते अज जे कलाम ये शब्द ये वचन यीशु मसीह उहदा आत्मा जे ताडे अंदर अज ताडे अंदर अज आजादी आ रही है गुनाह तो आजादी आ रही है पाप तो आजादी आ रही है व्यभिचार तो आजादी आ रही है बुरे विचारों तो आजादी आ रही है नशे तो आजादी आ रही है हरेक शैतान की ताकतों तो आजादी आ रही है यीशु के नाम दे विच हालेलुया तुसी छुटकारा पा रहे हो यीशु के समर्थी नाम दे विच अखां नूं बंद करिए सिरां नूं चुकाइए ते दुआ करिए भी प्रभु जी तेरे वचन में अपने मन में जमा करा इस कलाम द्वारा परमेश्वर तुहानू बरकत और आशीष देवे आमीन।